ਸੋ ਹੈ ਗਾਇਸ, ਕੀ ਹਾਲ ਚਾਲ ਹੈ ਸਭ ਦਾ? ਪਲੀਜ਼ ਸਾਰੇ ਘੈਂਟ ਹੋਵੋਗੇ। ਬਹੁਤ ਹੀ ਇੱਕ ਘਟੀਆ ਗੱਲ ਕੀਤੀ ਗਈ ਹੈ ਸਾਡੇ ਸਿਸਟਮ ਵੱਲੋਂ ਸਿੱਧੂ ਦੇ ਘਰਦਿਆਂ ਨਾਲ। ਆ ਜਾਓ ਬਾਈ ਦੇ ਨਾਲ, ਆ ਜਾਓ ਸੁਣਦੇ ਆ ਫਾਦਰ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਉਸ ਚੀਜ਼ ਉੱਤੇ। ਨਾਲੇ ਤੁਹਾਨੂੰ ਫਿਰ ਆਪਾਂ ਆਪਣਾ ਵੀ ਦੱਸਾਂਗੇ ਕੀ ਸਕਦਾ ਵਾ। ਸਮੂਹ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਸਾਹਮਣੇ ਖੂਨ ਦਾ ਮੇਰਾ ਇੱਕੋ ਹੀ ਕਾਰਨ ਹੈ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਬੇਨਤੀਆਂ, ਜੋਧੜੀਆਂ ਦੇ ਸਦਕਾ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ 'ਤੇ ਮਿਹਰ ਕੀਤੀ, ਆਪਾਂ ਨੂੰ ਸ਼ੁਭ ਦੀਪ ਵਾਪਸ ਕੀਤਾ। ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ। ਸੋਚਿਆ ਇੱਕ ਦਿਨ 'ਤੇ ਯਾਰ ਉਹਨਾਂ ਉਸ ਮਾਂ ਪਿਓ ਨੂੰ ਸੁੱਖ ਦਾ ਸਾਹ ਲੈ ਲੈਂਦੋ ਯਾਰ। ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ। ਹੱਦ ਹੋ ਗਈ ਯਾਰ, ਹੱਦ ਹੋ ਗਈ ਯਾਰ। ਤੁਹਾਡੇ ਤੋਂ ਤੁਹਾਡੇ ਡਾਕ ਤੁਹਾਡੇ ਮਾਂ ਪਿਓ ਨੇ ਤੁਹਾਡੇ ਡਾਕੂਮੈਂਟ ਮੰਗੇ, ਫਿਰ ਤੁਸੀਂ ਚੰਗੇ ਰਹੋਗੇ? ਅੱਧੀਆਂ ਨਜਾਇਜ਼ ਲਾਤਾਂ ਤੁਰੀਆਂ ਫਿਰਦੀਆਂ ਹੋ ਰਹੀਆਂ, ਹੁਣ ਕਿਆ ਬੋਲੇ ਹੁੰਦਾ ਹੈ ਯਾਰ। ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ, ਉਹ ਜੇ ਹਸਪਤਾਲ 'ਚ ਛੁੱਟੀ ਲੈ ਕੇ ਵੀ ਜਵਾਕ ਬਾਹਰ ਨਹੀਂ ਆਇਆ, ਉਹ ਮਾਂ ਅਤੇ ਉਸ ਮਾਂ ਅਤੇ ਉਸ ਪਿਓ ਤੋਂ ਉਸ ਬੱਚੇ ਦੇ ਆਪਣੇ ਹੋਣ ਦਾ ਸਬੂਤ ਮੰਗਿਆ ਜਾ ਰਿਹਾ। ਸੀਰੀਅਸਲੀ ਯਾਰ, ਸੀਰੀਅਸਲੀ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਣ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ CM ਸਾਹਿਬ ਨੂੰ, ਵੀ ਕਿਰਪਾ ਕਰਕੇ ਤੁਸੀਂ ਇਸ ਗੱਲ 'ਤੇ ਤਾਂ ਥੋੜ੍ਹਾ ਜਿਹਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ। ਮੈਂ ਇੱਥੋਂ ਦਾ ਰਹਿਣ ਵਾਲਾ, ਮੈਂ ਇੱਥੇ ਹੀ ਰਹੂੰਗਾ, ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗੇ, ਮੈਂ ਹਰ ਜਗ੍ਹਾ 'ਤੇ ਪਹੁੰਚੂੰਗਾ। ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ। ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿੰਦਾ, ਕਿਉਂਕਿ ਮੈਂ ਦੁਖੀ ਬਹੁਤ ਹਾਂ ਜੀ, ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਯੂ ਟਰਨ ਲੈਂਦੇ ਫਿਰ ਬਾਅਦ ਦੇ ਵਿੱਚ ਤੁਹਾਡੇ। ਹਾਂ, ਇਹਨਾਂ ਨੇ ਨਾ ਹਰਜੀਤ ਇੱਕ ਤਾਂ ਗੱਲ ਕਿਹਾ ਕਿ ਅਤੇ ਬਾਜੋ ਮੁੱਕਰ ਜਾਂਦੇ ਆ ਉਹ, ਜਾਂ ਕਿਸੇ ਹੋਰ ਦਾ ਨਾਮ ਲਾ ਦਿੰਦੇ, ਜਿਵੇਂ ਅੱਜ ਕੀਤਾ ਵੀ ਆ ਕਿ ਆਮ ਆਦਮੀ ਪਾਰਟੀ ਦੇ ਓਰੀਜਨਲ ਪੇਜ ਨੇ ਪਾਇਆ ਪੋਸਟ ਕਿ CM ਸਾਹਿਬ ਨੇ ਨਹੀਂ ਮੰਗੀ ਹੈਗੀ, ਠੀਕ ਹੈ, ਲੇਕਿਨ ਕਿ ਭਗਵੰਤ ਮਾਨ ਸਾਹਿਬ ਨੇ ਨਹੀਂ ਮੰਗੀ ਹੈਗੀ ਇਸ ਚੀਜ਼ ਦੀ ਪੁਸ਼ਟੀ। ਇਹ ਸੈਂਟਰ ਸਰਕਾਰ ਸਾਡੇ ਤੋਂ ਮੰਗ ਰਹੀ ਹੈ, ਠੀਕ ਹੈ, ਅਤੇ ਪ੍ਰੋਬਲਮ ਕੀ ਹੈ ਉਹ ਇਹ ਕਹਿ ਰਹੇ ਨੇ ਕਿ 50 ਸਾਲ ਤੋਂ ਉੱਪਰ ਦੀ ਔਰਤ ਬੱਚਾ ਨਹੀਂ ਦੇ ਸਕਦੀ, ਅਤੇ ਇਹਨਾਂ ਨੇ ਬੱਚਾ ਕਿਵੇਂ ਜੰਮ ਲਿਆ? ਮੈਂ ਹੈਰਾਨ ਹੈ, ਦੁਨੀਆ 'ਚ ਹਜ਼ਾਰਾਂ ਕਰੋੜ ਲੱਖਾਂ ਹੀ ਕਰੋੜ ਦੇ ਕੇ ਕਿਆ ਕਹਿਣਾ, ਲੱਖਾਂ ਹੀ ਐਸੇ ਕੇਸਿਸ ਹੋਣਗੇ ਜਿੱਥੇ 50 ਸਾਲ ਤੋਂ ਉੱਪਰ ਦੀ ਔਰਤ ਨੇ ਬੱਚਾ ਦਿੱਤਾ, ਠੀਕ ਹੈ, IVF ਦੀ ਹੈਲਪ ਤੋਂ ਬਿਨਾਂ ਦਿੱਤਾ। ਇਹ ਤਾਂ ਫਿਰ IVF ਨਾਲ ਹੋ ਰਿਹਾ, 100 ਤਰੀਕੇ ਦੀਆਂ ਮਸ਼ੀਨਾਂ, 100 ਤਰੀਕੇ ਦੇ ਟ੍ਰੀਟਮੈਂਟ, 100 ਤਰੀਕੇ ਦੀ ਮੈਡੀਸਨਸ ਨਾਲ ਹੁੰਦਾ, ਠੀਕ ਹੈ, ਨਾਲੇ ਬੋਡੀ 'ਤੇ ਵੀ ਹਿਸਾਬ ਕਿਤਾਬ ਹੁੰਦਾ ਯਾਰ ਬੰਦੇ ਦਾ। ਜਿਹੜੇ ਸਲਾਹਕਾਰ ਨੇ ਤੁਹਾਡੇ, ਜਿਹੜੇ ਪਾਛੂ ਨੇ, ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਅਤੇ ਫਿਰ ਉੱਥੋਂ ਉਸ ਫੈਸਲੇ 'ਤੇ ਰੋਕਿਆ ਨਹੀਂ ਜਾਂਦਾ। ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿੰਦਾ, ਤੁਸੀਂ ਜੇ ਹੱਥ ਪਾਓਗੇ ਸਮਾਰ ਕੇ ਪਾਇਓ। ਆਏ ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ, ਹੁਣ ਆਇਆ ਬਾਪੂ ਲੈਣ 'ਤੇ, ਹੁਣ ਆਇਆ ਬਾਪੂ ਜੀ ਲੈਣ 'ਤੇ, ਪੂਰੇ ਦੇ ਪੂਰੇ ਠੀਕ ਹੈ ਕਿ ਹਾਂ ਜੇ ਹੱਥ ਪਾਉਣਾ ਫਿਰ ਚੱਜ ਨਾਲ ਪਾਇਓ, ਪਰ ਤੁਹਾਡੇ ਨਾਲ ਚੱਜ ਨਾਲ ਹੀ ਨਿਭਣਾਗੇ, ਠੀਕ ਹੈ, ਤੁਹਾਡਾ ਬਹੁਤ ਜ਼ਿਆਦਾ ਹੋ ਰਿਹਾ। ਉਹਨੂੰ ਜਵਾਕ ਨੂੰ ਆਏ ਨੂੰ 2 ਦਿਨ ਨਹੀਂ ਹੋਏ ਹੈਗੇ ਅਤੇ ਤੁਸੀਂ ਇਹੋ ਜਿਹੇ ਪੰਗੇ ਪਾਉਣੇ ਸ਼ੁਰੂ ਕਰਤੇ ਆ ਯਾਰ, ਠੀਕ ਹੈ। ਹੁਣ ਉਹ ਜਵਾਕ ਦੀ ਸਿੱਧੀ ਸ਼ਕਲ ਮੈਂ ਉਹਦੀ ਸਿੱਧੂ ਬਾਈ ਨਾਲ, ਉਹਦੇ ਪਿਓ ਨਾਲ, ਠੀਕ ਆ, ਉਹ ਛੋਟੇ ਜਿਹੀ ਦੀ ਵੀ, ਠੀਕ ਆ, ਤੁਸੀਂ ਫੇਰ ਇਹਨਾਂ ਸ਼ੱਕ ਕਰ ਰਹੇ, ਸਾਰਾ ਕੁਛ ਕਰ ਰਹੇ ਯਾਰ, ਸੀਰੀਅਸਲੀ ਮੈਂ।
ਸਿੱਧੂ ਬਾਈ ਗਿਆ ਵੀ, ਜਦੋਂ ਗਿਆ ਸੀਗਾ ਸਾਡੇ 'ਚੋਂ, ਉਦੋਂ ਵੀ ਵਿਵਾਦਾਂ 'ਚ ਆਇਆ ਅਤੇ ਆਇਆ ਵੀ ਵਿਵਾਦਾਂ 'ਚ। ਠੀਕ ਹੈ, ਮੈਂ ਯੂ ਟਰਨ ਲੈਣ ਵਾਲਿਆਂ 'ਚੋਂ ਨਹੀਂ, ਮੈਂ ਜਾਨ ਦੇ ਸਕਦਾ, ਮੈਂ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ। ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ, ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਉਂ, ਮੈਂ ਇੱਕ ਸਾਬਕਾ ਫੌਜੀ ਹੈ, ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ। ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ 'ਤੇ ਖਰਾ ਉਤਰੂੰਗਾ। ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਅਗਰ ਮੈਂ ਕੀਤੀ ਹੋਈ, ਮੈਨੂੰ ਫੜ ਕੇ ਜੇਲ੍ਹ 'ਚ ਪਾ ਦਿਓ। ਅਗਰ ਤੁਹਾਨੂੰ ਫਿਰ ਵੀ ਮੇਰੇ ਅੱਖ ਅੱਖ 'ਚ ਇੱਕ ਜੋਸ਼ ਦਿਖ ਰਿਹਾ, ਅੱਖ 'ਚ ਇੱਕ ਜ਼ੁਰਤ ਦਿਖ ਰਹੀ ਹੈ ਬਾਪੂ ਜੀ ਦੀ, ਧਿਆਨ ਨਾਲ ਦੇਖੋ। ਕਾਨੂੰਨ ਦੀ ਉਲੰਘਣਾ ਨਹੀਂ ਕੀਤੀ, ਅਗਰ ਮੈਂ ਕੀਤੀ ਹੋਈ, ਮੈਨੂੰ ਫੜ ਕੇ ਜੇਲ੍ਹ 'ਚ ਪਾ ਦਿਓ। ਅਗਰ ਤੁਹਾਨੂੰ ਫਿਰ ਵੀ ਮੇਰੇ 'ਤੇ ਵਿਸ਼ਵਾਸ ਨਹੀਂ, ਪਹਿਲਾਂ ਮੇਰੇ 'ਤੇ FIR ਕੱਟੋ, ਫੜ ਕੇ ਮੈਨੂੰ ਅੰਦਰ ਦਿਓ, ਫਿਰ ਇਨਵੈਸਟੀਗੇਸ਼ਨ ਕਰੋ। ਅਤੇ ਮੈਂ ਆਪਣੇ ਸਵੈ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇੱਥੋਂ ਸਾਫ਼ ਵਰੀ ਨਿਕਲ ਕੇ ਦਿਖਾਊਂਗਾ ਤੁਹਾਨੂੰ। ਧੰਨਵਾਦ। ਬਹੁਤ ਵਧੀਆ ਗੱਲ ਬਾਪੂ, ਬਹੁਤ ਸਹੀ ਤਰੀਕੇ ਨਾਲ ਸਹੀ ਗੱਲ ਕੀਤੀ, ਬਹੁਤ ਜੋਸ਼ ਨਾਲ ਤਰੀਕੇ ਨਾਲ ਗੱਲ ਕੀਤੀ, ਚੰਗੀ ਲੱਗੀ। ਸਤਿ ਸ਼੍ਰੀ ਅਕਾਲ।